ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ। ਹੁਣੇ ਹੁਣੇ ਪੰਜਾਬ ਸਰਕਾਰ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਹੈ ਕਿ ਪੰਜਾਬ 'ਚ ਹੁਣ ਇਸ ਪਲ ਤੋਂ ਕਰਫਿਊ ਦਾ ਐਲਾਨ ਕੀਤਾ ਗਿਆ ਹੈ ਤੇ 31 ਮਾਰਚ ਤੱਕ ਇਹ ਕਰਫਿਊ ਚੱਲੇਗਾ। ਇਸ ਦਾ ਮਤਲਬ ਹੈ ਕਿ ਜਿਹੜਾ ਹਲੇ ਤੱਕ ਲੋਕਡਾਊਨ ਹੋਇਆ ਸੀ ਕੁਝ ਜ਼ਿਲ੍ਹਿਆਂ 'ਚ, ਉਹ ਸਫਲ ਨਹੀਂ ਹੋਇਆ। ਲੋਕੀ ਹਲੇ ਵੀ ਘਰੋਂ ਬਾਹਰ ਨਿਕਲ ਰਹੇ ਨੇ ਤੇ ਇਸ ਨੂੰ ਕੰਟਰੋਲ ਕਰਨ ਲਈ, ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਨੇ ਹੁਣੇ ਹੁਣੇ ਐਲਾਨ ਕੀਤਾ ਹੈ ਕਿ ਪੂਰੇ ਪੰਜਾਬ 'ਚ ਕਰਫਿਊ ਲਾਇਆ ਜਾਏਗਾ। ਤੇ ਇਸ ਦੇ ਨਾਲ ਨਾਲ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਹੈ ਕਿ ਜਿਹੜਾ ਮੁੱਖ ਮੰਤਰੀ ਫੰਡ ਹੁੰਦਾ ਉਹ 'ਚ 20 ਕਰੋੜ ਰੁਪਇਆ ਖਰਚਿਆ ਜਾਏਗਾ, ਜਿਹੜਾ ਕਿ ਗਰੀਬਾਂ ਨੂੰ ਅਨਾਜ ਪਹੁੰਚਾਇਆ ਜਾਏਗਾ, ਜਿਹੜੀ ਦਵਾਈਆਂ ਦੀ ਹੈਲਪ ਹੈ ਉਹ ਕੀਤੀ ਜਾਏਗੀ। ਤੇ ਇਸ ਤੋਂ ਇਲਾਵਾ ਸਰਕਾਰ ਨੇ ਹੁਣ ਸਟ੍ਰਿਕਟ ਹਿਦਾਇਤਾਂ ਦਿੱਤੀਆਂ ਹੈ ਕਿ ਅਸੀਂ ਆਪਣੇ ਘਰੋਂ ਨਾ ਨਿਕਲੀਏ, ਕਿਉਂਕਿ ਇਹ ਜਿਹੜੀ ਕੋਰੋਨਾ ਵਾਇਰਸ ਦੀ ਜਿਹੜੀ ਬਿਮਾਰੀ ਹੈ ਹੋਰ ਜ਼ਿਆਦਾ ਫੈਲ ਰਹੀ ਹੈ, ਹੋਰ ਪੰਜਾਬ 'ਚ ਕੇਸ ਵੱਧ ਰਹੇ ਹੈ। ਇਸ ਨੂੰ ਕੰਟਰੋਲ ਕਰਨ ਲਈ ਹਲੇ ਤੱਕ ਲੋਕਡਾਊਨ ਜਿਹੜਾ ਉਹ ਸਫਲ ਨਹੀਂ ਸੀ ਹੋਇਆ, ਤੇ ਇਸ ਕਰਕੇ ਹੁਣ ਹੁਣੇ ਹੁਣੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਐਲਾਨ ਕਰ ਦਿੱਤਾ ਹੈ ਕਿ ਅੱਜ ਤੋਂ ਹੀ ਸਾਡੇ ਪੰਜਾਬ 'ਚ ਕਰਫਿਊ ਲੱਗ ਗਿਆ ਹੈ।